ਅੱਜ ਇਦਾਂ ਦੇ ਇੱਕ ਸਮਾਰਟ ਸਕੂਲ ਚੰਡੀਗੜ੍ਹ ਤੋਂ ਜਿਹੜਾ ਬਿਲਕੁਲ ਮੇਰੇ ਹਿਸਾਬ ਨਾਲ 20-25 ਮਿੰਟ ਦੀ ਦੂਰੀ 'ਤੇ ਹੈ ਅਤੇ ਰਸਤੇ ਦੇ ਵਿੱਚ ਆ ਕੇ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ, ਮੈਂ ਦੇਖਦਾ ਆਇਆ ਕਿ ਇਹਨਾਂ ਪਹਾੜੀਆਂ ਦੇ ਵਿੱਚ ਬੇਸ਼ੁਮਾਰ ਜਿਹੜੇ ਪੰਜਾਬ ਦੀ ਜਿਹੜੀ ਲੁੱਟ ਲੁੱਟ ਕੇ ਦੌਲਤ ਇਕੱਠੀ ਕੀਤੀ ਗਈ ਆ, ਵੱਡੇ ਵੱਡੇ ਫਾਰਮ ਹਾਊਸ ਬਣ ਗਏ, ਬਹੁਤ ਮਹਿੰਗੇ ਮਹਿੰਗੇ ਫਾਰਮ ਹਾਊਸ ਸੱਜੇ ਖੱਬੇ ਪੂਰੇ ਰਸਤੇ 'ਚ, ਪਰ ਜਦੋਂ ਆ ਕੇ ਸਕੂਲ ਦੇਖਿਆ, ਮੈਂ ਤੁਹਾਨੂੰ ਦਿਖਾਉਂਦਾ ਹਾਂ, ਇਹ ਸਕੂਲ ਦੀ ਚਾਰ ਦੀਵਾਰੀ ਹੈ, ਇਹ ਸਕੂਲ ਦੇ ਬਾਥਰੂਮ ਹੈ, ਅੰਦਰ ਜਾ ਕੇ ਦਿਖਾਉਂਦਾ ਠੀਕ ਤਰੀਕੇ ਨਾਲ ਚੜ੍ਹਨਗੇ, ਉਹਨਾਂ ਦੀ ਹਾਈਟ ਬਹੁਤ ਉੱਚੀ ਹੈ ਇਸਦੀ। ਆਓ ਬੱਚੋ, ਆਓ ਅੰਦਰ। ਗੁੱਡ ਮਾਰਨਿੰਗ, ਮੈਂ ਦੱਸੋ ਯਾਰ, ਇੰਨਾ ਵਧੀਆ ਕਲਾਸਰੂਮ ਹੈ ਜਿੱਥੇ ਜੀ ਸਾਨੂੰ ਉਹ ਚਾਹੀਦੀ ਜੀ, ਇਹ ਕੀ ਮਤਲਬ ਹੈ ਜੀ ਬੱਚਿਆਂ ਲਈ ਇੱਥੇ ਵਧੀਆ? ਨਾ ਜੀ ਬੱਚਿਆਂ ਲਈ ਨਹੀਂ, ਇਹ ਕਹਿੰਦਾ ਇਹ ਕਮਰਾ ਨਹੀਂ ਦਿੰਦਾ ਸੀ ਸਾਨੂੰ, ਕਦੀ ਉਹ ਨਹੀਂ ਦਿੰਦਾ ਸੀ। ਕੌਣ? ਇਹ ਸਾਰਾ ਕੁਝ ਵੀ ਦਿੰਦਾ, ਕਿਸੇ ਨੂੰ ਵੀ ਦਿੰਦਾ ਹੈਗਾ। ਉਹ ਨਹੀਂ, ਇਹ ਸਕੂਲ ਮੇਂ ਕੇ ਸਿੱਖਿਆ ਮਹਿਕਮੇ ਦਾ ਕਮਰਾ ਹੈ। ਹਾਂ, ਇਹ ਦਿੰਦਾ, ਇਹ ਕਿਸੇ ਖੜਦੇ ਵੀ ਨਹੀਂ ਦਿੰਦਾ, ਸਾਨੂੰ ਵੀ ਨਹੀਂ ਦਿੰਦਾ ਸੀ। ਚਲੋ ਨਾ, ਅਫਸਰ ਘੜੀ ਘੜੀ ਖਤਰ ਆਉਂਦੇ ਆ, ਆਪਣਾ ਕਾਰੋਬਾਰ ਕਰਕੇ ਚੱਲ ਜਾਂਦੇ ਆ। ਆਹ ਸਕੂਲ ਦੇ ਖੰਡਰ ਬਣੇ ਹੋਏ ਕਮਰੇ ਆ ਜਿਹੜੇ ਇਸਤੇਮਾਲ ਨਹੀਂ ਕੀਤੇ ਜਾ ਸਕਦੇ। ਕਿੰਨੇ ਚੂਹੇ ਨਿਕਲੇ ਵਿੱਚ ਉਹਦੇ? ਕੋਈ ਨਹੀਂ ਘਬਰਾ। ਕਿਸੇ ਬੱਚੇ ਨੂੰ ਪੜ੍ਹਨਾ ਨਹੀਂ ਆਉਂਦਾ ਸੀ ਬਿਲਕੁਲ ਵੀ ਨਹੀਂ, ਇਹ ਆਪ ਆਉਂਦੇ ਅੰਦਰ ਕੁਰਸੀਆਂ ਬੈਠ ਕੇ ਸੋ ਜਾਂਦੇ ਆ, ਬੱਚੇ ਕਹਿੰਦੇ ਫਸਲ ਪਟਾਉਂਦੇ ਆ, ਸਸਪੈਂਡ ਆ ਦੋਨੋਂ। ਅਸੀਂ ਕਹਿੰਦੇ ਆ ਵੀ ਸਾਡੇ ਬੱਚੇ ਵੀ ਕੁਝ ਬਣਾ। ਤੁਸੀਂ ਇੱਕ ਮੇਰੀ ਅੱਜ ਦੇਖੋ, ਇੱਕ ਦੀਵਾਲੀ ਤੱਕ ਤੁਹਾਡੇ ਵੱਲ ਇੰਤਜ਼ਾਰ ਸੀ ਸਾਨੂੰ, ਮੈਂ ਕਿਹਾ ਦੀਵਾਲੀ ਇੱਕ ਮਹੀਨੇ ਤੱਕ ਸਾਡੇ ਪਿੰਡ ਵਿੱਚ ਆਵੇ, ਕੋਈ ਸਾਡੇ ਪਿੰਡ ਸੁਧਾਰ ਕਰੇ। ਇੱਕ ਮਹੀਨੇ ਤੁਸੀਂ ਬੱਚੇ, ਉਹੀ ਬੱਚੇ ਦੁਬਾਰਾ ਦੇਖਿਓ, ਇੱਕ ਮਹੀਨੇ 'ਚ ਬੱਚੇ ਦੇਖੋ, ਰੋਜ਼ ਬੱਚੇ ਬਣਾਉਂਦੇ ਆ, ਡੰਗਰ ਬਣਾਉਂਦੇ ਆ। ਪੰਜਾਬ ਦਾ ਸਿੱਖਿਆ ਮਾਡਲ, ਜਿਸ ਸਿੱਖਿਆ ਮਾਡਲ ਨੂੰ ਇਹ ਕਹਿ ਕੇ ਆਪਣੀ ਛਾਤੀ ਥਪਥਪਾਈ ਗਈ ਕਿ ਅਸੀਂ ਸਮਾਰਟ ਸਕੂਲ ਬਣਾ ਦਿੱਤੇ, ਪੰਜਾਬ ਸਿੱਖਿਆ ਦੇ ਉੱਤੇ ਨੰਬਰ 1 ਦੇ ਉੱਤੇ ਹੈ, ਨੈਸ ਦੀ ਰਿਪੋਰਟ ਕਹਿੰਦੀ ਹੈ। ਜਦੋਂ ਰਿਪੋਰਟ ਮੈਂ ਦੇਖੀ, ਉਸ ਰਿਪੋਰਟ 'ਚ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿੰਨੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ, ਉਹਨਾਂ 'ਚੋਂ 55% ਬੱਚੇ ਬੇਸਿਕ ਪੜ੍ਹਾਈ ਨਹੀਂ ਜਾਣਦੇ ਆਪਣੀ ਕਲਾਸ ਦੀ। ਜੇ 5ਵੀਂ ਜਮਾਤ ਦਾ ਬੱਚਾ, ਉਹਨੂੰ 5ਵੀਂ ਦਾ ਉਹ ਪੰਜਾਬੀ, ਅੰਗਰੇਜ਼ੀ, ਹਿੰਦੀ ਨਹੀਂ ਪੜ੍ਹ ਸਕਦੇ, 5ਵੀਂ ਦਾ ਮੈਥ ਨਹੀਂ ਕਰ, ਪਰ ਫਿਰ ਵੀ ਨੰਬਰ 1 'ਤੇ ਅਸੀਂ। ਸਮਾਰਟ ਸਕੂਲ ਦੇ ਵਿੱਚ ਕਿਤੇ ਵੀ ਮੈਨੂੰ ਨਾ ਚਾਰ ਦੀਵਾਰੀ ਮਿਲੀ, ਨਾ ਮੈਨੂੰ ਕਿਤੇ ਇਹ ਦੇਖਿਆ ਕਿ ਹਾਂ ਸਾਫ਼ ਬਾਥਰੂਮ ਹੈਗੇ ਆ, ਨਾ ਕਿਤੇ ਇਹ ਕਿ ਬੱਚੇ ਥੱਲੇ ਤਾਂ ਨਹੀਂ ਬੈਠਦੇ, ਨਾ ਇਹ ਕਿ ਕਿਤੇ ਜੀ ਪੜ੍ਹਾਈ ਵਧੀਆ ਹੁੰਦੀ ਹੈ। ਆਹ ਕੰਪਿਊਟਰ ਆਏ ਸੀ ਜੋ ਅੱਜ ਤੱਕ ਕਦੀ ਖੋਲ੍ਹੇ ਨਹੀਂ ਗਏ, ਜਦੋਂ ਦੇ ਆਏ ਆ ਅੱਜ ਤੱਕ ਕਦੀ ਖੋਲ੍ਹੇ ਨਹੀਂ ਗਏ ਕੰਪਿਊਟਰ। ਜਗ੍ਹਾ ਹੈ ਨਹੀਂ, ਕਿਸੇ ਨੇ ਪੁੱਛਿਆ ਹੀ ਨਹੀਂ। 64 ਬੱਚੇ ਇੱਥੇ ਹੈ, 18 ਆਏ ਹੈ, LED ਚੱਲਦੀ ਨਹੀਂ ਬੈਠਣ ਲਈ, ਹਾਲਾਤ ਤੁਸੀਂ ਦੇਖ ਸਕਦੇ ਹੋ। ਅਤੇ ਸਭ ਤੋਂ ਦੁੱਖ ਦੀ ਗੱਲ, ਬਾਕੀ ਸਭ ਕੁਛ ਅਸੀਂ ਬਰਦਾਸ਼ਤ ਕਰ ਲੈਂਦੇ, ਇਹ ਜਿੰਨੇ ਬੱਚੇ ਬੈਠੇ ਆ, ਅੱਜ ਅਸੀਂ ਬੈਠਾ, ਲਖਵਿੰਦਰ ਬੈਠਾ, ਬੱਚਿਆਂ ਨੂੰ ਮੈਂ ਪੁੱਛਿਆ, ਬੱਚਿਆਂ ਇਹਨਾਂ 'ਚੋਂ ਕਿਸੇ ਇੱਕ ਬੱਚੇ ਨੂੰ ਵੀ ਅੰਗਰੇਜ਼ੀ ਨਹੀਂ ਆਉਂਦੀ। ਸ਼ੁਰੂ ਤੋਂ ਇੱਥੇ ਪੜ੍ਹਦੇ ਪਏ ਹੋ, ਕਿਸੇ ਨੂੰ ਨਹੀਂ ਆਉਂਦੀ ਅੰਗਰੇਜ਼ੀ? ਇਹ ਤੁਹਾਡੇ ਸਕੂਲ ਦਾ ਬੱਚਾ ਹੈ, ਇਹ 5ਵੀਂ ਕਲਾਸ ਦਾ ਬੱਚਾ ਹੈ, ਇਹ 5ਵੀਂ ਦੀ ਕਿਤਾਬ ਨਹੀਂ ਪੜ੍ਹ ਪਾਇਆ, 4ਥੇ ਦੀ ਨਹੀਂ ਪੜ੍ਹ ਪਾਇਆ, 3ਜੀ ਦੀ ਨਹੀਂ, 2ਜੀ ਦੀ ਨਹੀਂ, ਆਹ ਸਿੰਪਲ ਇਹਦੇ ਤੋਂ ਘਟਾਓ ਨਹੀਂ ਹੋਇਆ, ਸਿੰਪਲ। ਜਿੱਥੇ BMT ਸੀ, ਜੇ ਤੁਸੀਂ ਆਪਣਾ ਸਕੂਲ ਨਹੀਂ ਸੁਧਾਰ ਸਕੇ, ਆਪਾਂ ਬਾਕੀ ਕੀ ਸੁਧਾਰਨਾ? ਇਹ ਬੱਚਾ ਕੀ ਕਰੂੰਗਾ ਦੱਸੋ ਜ਼ਿੰਦਗੀ 'ਚ?